ਹੈਲੋ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਨੂੰ ਸਰਸ ਦੇ ਰਿਐਕਸ਼ਨ ਤੇ, ਜਿੱਥੇ ਮੰਮਾ ਔਰ ਮੈਂ ਮਿਲ ਕੇ ਡੇਲੀ ਕੋਈ ਨਾ ਕੋਈ ਨਏ ਟੌਪਿਕ ਤੇ ਵੀਡੀਓਜ਼ ਬਣਾਉਂਦੇ ਹਾਂ। ਕਦੀ ਇਮੋਸ਼ਨਲ, ਕਦੀ ਕਾਮੇਡੀ, ਕਦੀ ਡਰਾਮਾ ਔਰ ਬਹੁਤ ਕੁਛ। ਤੁਸੀਂ ਬਹੁਤ ਲਾਈਕ ਕਰਦੇ ਹੋ ਸਾਡਾ ਰਿਐਕਸ਼ਨ ਸਾਡੇ ਚੈਨਲ ਤੇ, ਬਹੁਤ ਅੱਛੇ ਅੱਛੇ ਰਿਵਿਊਜ਼ ਐਂਡ ਕਮੈਂਟਸ ਦਿੰਦੇ ਹੋ, ਸਾਨੂੰ ਬਹੁਤ ਅੱਛਾ ਲੱਗਦਾ ਹੈ। ਸਾਡੇ ਸਬਸਕ੍ਰਾਈਬਰਸ ਦੀ ਡਿਮਾਂਡ ਸੀ ਕਿ ਅਸੀਂ ਬਹੁਤ ਟਾਈਮ ਤੋਂ ਅਨਵਰ ਮਸੂਦ ਜੀ ਦੀ ਕੋਈ ਵੀਡੀਓ ਨਹੀਂ ਪਾਈ ਹੈ। ਅਸੀਂ ਉਹਨਾਂ ਦੀ ਬਹੁਤ ਸਾਰੀ ਵੀਡੀਓਸ ਤੇ ਰਿਐਕਟ ਕੀਤਾ, ਅੱਜ ਕੀ ਪਕਾਈਏ ਜਾਂ ਫਿਰ ਪਹਿਲੇ ਵੀ ਬਹੁਤ ਸਾਰੀ ਪੋਇਟਰੀ, ਚਾਹ ਤੇ ਲੱਸੀ ਜੋ ਤੁਹਾਨੂੰ ਬਹੁਤ ਪਸੰਦ ਆਈ ਸੀ। ਅੱਜ ਜੋ ਅਸੀਂ ਰਿਐਕਟ ਕਰਨ ਜਾ ਰਹੇ ਹਾਂ ਉਹ ਹੈ ਇਹਨਾਂ ਦੀ ਤੰਦੂਰ, ਤੇ ਦੇਖਦੇ ਹਾਂ ਅੱਜ ਤੰਦੂਰ ਵਿੱਚ ਕੀ ਹੋਵੇ। ਸਾਨੂੰ ਬਹੁਤ ਅੱਛੀ ਲੱਗੀ ਸੀ ਕਿਉਂਕਿ ਇਸ ਉਮਰ ਵਿੱਚ ਵੀ ਮਤਲਬ ਇੰਨਾ ਉਹਨਾਂ ਨੇ ਮੇਨਟੇਨ ਕੀਤਾ ਹੋਇਆ ਆਪਣਾ ਸਟੇਟਸ ਕਿ ਇੰਨਾ ਜ਼ਿਆਦਾ ਅੱਛਾ ਉਹ ਪਰਫਾਰਮ ਕਰਦੇ ਹੈ। ਤੇ ਚਲੋ ਸੁਣਦੇ ਹਾਂ ਅੱਜ ਫਿਰ ਤੋਂ ਇੱਕ ਵਾਰ ਅਨਵਰ ਮਸੂਦ ਜੀ ਨੂੰ। ਅਗਰ ਤੁਸੀਂ ਹੁਣ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਪਹਿਲੇ ਸਬਸਕ੍ਰਾਈਬ ਕਰੋ ਜੀ। ਮੈਂ ਆਪਣੀਆਂ ਬਚਪਨ ਦੀਆਂ ਯਾਦਾਂ ਨੂੰ ਵੀ ਕਈਆਂ ਨਜ਼ਮਾਂ ਵਿੱਚ ਕਲਮਬੰਦ ਕੀਤਾ ਹੈ। ਮੈਂ ਜਦੋਂ ਬੱਚਾ ਸਾਂ ਮੈਂ ਵੀ ਤੰਦੂਰ ਤੇ ਜਾਂਦਾ ਸੀ ਜਾਂਦੇ ਸੀ ਤੇ ਰੋਟੀਆਂ ਲਗਵਾਉਣ ਜਾਂਦਾ ਸੀ। ਉਹ ਤੰਦੂਰ ਤੇ ਜਨਾਨੀਆਂ ਬਹਿ ਕੇ ਜੋ ਗੱਲਾਂ ਕਰਦੀਆਂ ਸਨ, ਮੈਂ ਉਹਨਾਂ ਨੂੰ ਇੱਕ ਨਜ਼ਮ ਵਿੱਚ ਇਕੱਠਾ ਕਰ ਦਿੱਤਾ। ਮੈਂ ਫਰਜ਼ ਕੀਤਾ ਹੈ ਕਿ ਇੱਕ ਤੰਦੂਰ ਹੈ, ਤੰਦੂਰ ਵਾਲੀ ਦਾ ਨਾਂ ਹੈ ਮਾਸੀ ਜੀਮਾ, ਸ਼ਰੀਫਾਂ ਕਹਿੰਦੀ ਹੈ ਉਹਨੂੰ ਮਾਸੀ ਜੀਮਾ ਨੂੰ, ਕਿ ਸੁਣਿਆ ਨਹੀਂ ਸਹੀ ਛੰਡ ਕੇ ਲਾਈ, ਕੰਨਾਂ ਅੱਗੇ ਚੱਪੇ ਨਹੀਂ ਸਾਰੀ ਦੌਣ ਵਜਾਈ, ਮਾਸੀ ਆ ਕੀ ਗੋਗੇ ਥੱਪੇ ਨੇ, ਕੁਛ ਨਹੀਂ ਕਹਿੰਦਾ ਮਾਛਣ ਤਾਈ, ਲਾਲਾ ਚੁੱਪ ਚੁਪਾਤਾ ਏ, ਤੇ ਕੱਚੇ ਕੱਚਲ ਖਾਏ ਕਿਹੜਾ ਕੱਤੇ ਕੌਣ ਮਵਾਤਾ ਏ। ਅਗਰ ਅਭੀ ਤੱਕ ਆਪਨੇ ਮੇਰਾ ਯੂਟਿਊਬ ਚੈਨਲ ਭੁਲੀਆ ਤੇ ਅਨਵਰ ਮਸੂਦ ਸਬਸਕ੍ਰਾਈਬ ਨਹੀਂ ਕੀਆ ਤੋ ਅਭੀ ਸਬਸਕ੍ਰਾਈਬ ਕੀਜੀਏ ਰਿਐਕਸ਼ਨ ਸੁਣਨਾ ਸ਼ੇਅਰ ਕੀਜੀਏ। ਮੈਂ ਆਪਣੀਆਂ ਬਚਪਨ ਦੀਆਂ ਯਾਦਾਂ ਨੂੰ ਵੀ ਕਈਆਂ ਨਜ਼ਮਾਂ ਵਿੱਚ ਕਲਮਬੰਦ ਕੀਤਾ ਹੈ। ਮੈਂ ਜਦੋਂ ਬੱਚਾ ਸਾਂ ਮੈਂ ਵੀ ਤੰਦੂਰ ਤੇ ਜਾਂਦਾ ਸਾਂ ਤੇ ਰੋਟੀਆਂ ਲਗਵਾਉਣ ਜਾਂਦਾ ਸਾਂ। ਉਹ ਤੰਦੂਰ ਤੇ ਜਨਾਨੀਆਂ ਬਹਿ ਕੇ ਜੋ ਗੱਲਾਂ ਕਰਦੀਆਂ ਸਨ, ਮੈਂ ਉਹਨਾਂ ਨੂੰ ਇੱਕ ਨਜ਼ਮ ਵਿੱਚ ਇਕੱਠਾ ਕਰ ਦਿੱਤਾ ਹੈ। ਮੈਂ ਫਰਜ਼ ਕੀਤਾ ਹੈ ਕਿ ਇੱਕ ਤੰਦੂਰ ਹੈ, ਤੰਦੂਰ ਵਾਲੀ ਦਾ ਨਾਂ ਹੈ ਮਾਸੀ ਜੀਮਾ, ਅਤੇ ਉੱਥੇ ਜਨਾਨੀਆਂ ਆਪਣੇ ਆਟੇ ਲੈ ਕੇ ਆਈਆਂ ਨੇ, ਉੱਥੇ ਸ਼ਰੀਫਾਂ ਵੀ ਬੈਠੀ ਹੈ, ਅਤੇ ਸ਼ਿਕਾਇਤਾਂ ਦੋ ਹੀ ਹੁੰਦੀਆਂ ਨੇ, ਇੱਕ ਜਾਂ ਤਾਂ ਰੋਟੀਆਂ ਚੰਗੀਆਂ ਨਹੀਂ ਲੱਗੀਆਂ ਅਤੇ ਜਾਂ ਫਿਰ ਦੇਰ ਹੋ ਗਈ ਹੈ। ਸ਼ਰੀਫਾਂ ਕਹਿੰਦੀ ਹੈ ਉਹਨੂੰ ਮਾਸੀ ਜੀਮਾ ਨੂੰ, ਕਿ ਸੁਣਿਆ ਨਹੀਂ ਸਹੀ ਛੰਡ ਕੇ ਲਾਈ, ਕੰਨਾਂ ਅੱਗੇ ਚੱਪੇ ਨਹੀਂ ਸਾਰੀ ਤੌਣ ਵਜਾਈ, ਮਾਸੀ ਆ ਕੀ ਗੋਗੇ ਥੱਪੇ ਨਹੀਂ, ਕੁਛ ਨਹੀਂ ਕਹਿੰਦਾ ਮਾਛਣ ਤਾਈ, ਲਾਲਾ ਚੁੱਪ ਚੁਪਾਤਾ ਏ, ਤੇ ਕੱਚੇ ਕੱਚਲ ਖਾਏ ਕਿਹੜਾ ਕੱਤੇ ਕੌਣ ਮਵਾਤਾ ਏ। ਖੈਰ ਖੁਦਾ ਦਾ ਜੇ ਕੁਝ ਕਹੀਏ ਬਣਦਾ, ਫਿਰ ਉਲਾਮਾਂ ਨਹੀਂ ਪੇਸ਼ੀ ਦਾ, ਮੈਂ ਆਟਾ ਆਉਂਦਾ ਵਿੱਚ ਹੀ ਪੈ ਗਈਆਂ ਸ਼ਾਮਾਂ,
ਆਟੇ ਦਾ ਵੀ ਨਾਸ ਕਰਾਇਆ, ਨਾਲ ਦਿਹਾੜੀ ਪੱਟੀਏ ਅਤੇ ਰੋਜ਼ ਘਰੋਂ ਵੀ ਝਿੜਕਾਂ ਖਾਈਏ, ਸਾਨੂੰ ਕਦੀ ਚੱਟੀਏ ਵੇਖ ਜੇ ਕਦੇ ਚਾਲੇ ਤੇਰੇ ਨੇ, ਅਸਾਂ ਨਹੀਂ ਇੱਥੇ ਮੁੜ ਕੇ ਆਉਣਾ, ਹੋਰ ਤੰਦੂਰ ਬਥੇਰੇ ਨੇ। ਉੱਥੇ ਇਹਦੀ ਧੀ ਬੈਠੀ ਹੁੰਦੀ ਹੈ, ਉਹ ਕਹਿੰਦੀ ਹੈ ਇੱਥੇ ਅੱਜ, ਇਹਦਾ ਨਾਂ ਹੀ ਸ਼ਾਦਾ, ਇੱਥੇ ਅੱਜ ਨਹੀਂ ਬਾਰੀ ਆਉਂਦੀ, ਕੌਣ ਉਡੀਕ ਕੇ ਪਿਛਲਾ ਤਾ ਤੇ ਲੇਪੇ ਛੱਡ ਗਿਆ ਆਟਾ ਬੇਬੇ, ਚੱਲ ਚੱਲ ਤਵੇ ਤੇ ਲੂਈਏ ਚਾਹ, ਇਹਦੇ ਹੱਥੋਂ ਰੋਜ਼ ਅਜਾਣੇ ਭੁੱਖੇ ਪਾਣੇ ਸੌਂਦੇ ਨੇ, ਉਦੋਂ ਹੀ ਇੱਥੇ ਸੋਤਾ ਪੈਂਦਾ ਜਦੋਂ ਪ੍ਰਾਹੁਣੇ ਆਉਂਦੇ ਨੇ। ਪਿੱਛੋਂ ਜਿਹੜੀਆਂ ਚੁੰਗਾਂ ਆਈਆਂ ਪਹਿਲਾਂ ਪਈ ਭੁਗਤਾ ਨਹੀਂ, ਇਹ ਤੇ ਜਿਹੜਾ ਚੰਗੀ ਧੂਤੀ ਚਾੜੇ ਰੋਟੀਆਂ ਉਹਦੀਆਂ ਛੋਈ ਸੁੱਟ ਕੇ ਕਾਲੀਏ, ਹੁਣ ਤੱਤੇ ਤਾਦੀਆਂ ਸੜਨ ਨੂੰ ਵੇਖ ਨਹੀਂ, ਪੋਣਾ ਲੂ ਛੜੇਈ ਰੋਂਦੀ ਖੁੰਡੀ ਮਾਰ। ਵਰਡਸ ਬਹੁਤ ਅੱਛੇ ਯੂਜ਼ ਕਰਦੇ। ਤੇਰੀ ਮਾਂ ਨੂੰ ਆਖਦੀ ਏ ਮਾਛਣ ਕਿ ਤੂੰ ਤੇ ਜਦੋਂ ਵੀ ਆਵੇਂ ਇੱਥੇ ਨਾਲ ਭੁਚਾਲ ਲਿਆਉਣੀ ਏ, ਦੋਂ ਗੁਲੀਆਂ ਦਾ ਆਟਾ ਲੈ ਕੇ ਟੱਬਰ ਨਾਲ ਲਿਆਉਣੀ ਏ, ਤੇ ਹਲ ਦੁਹਾਈ ਪਾ ਦਿੰਦੀ ਏ, ਜਿਹੜੀ ਆਣ ਖਲੋਂਦੀ ਏ ਨਹੀਂ ਕੱਲੀ ਕਿਸਨਾ ਪੂਰੀ ਆਵਾਂ, ਹਰ ਕੋਈ ਤੰਦੂਰ ਵਾਲੀ ਦਾ ਵੀ ਸੋਚੋ, ਨਿੱਕੀਆਂ ਨਿੱਕੀਆਂ ਕੁੜੀਆਂ ਮੈਨੂੰ ਖੋ ਖੋ ਖਾਵਣ ਲੱਗੀਆਂ ਨੇ, ਕੱਲ ਦੀਆਂ ਜੰਮੀਆਂ ਮੇਰੇ ਉੱਤੇ ਰੋਹ ਜਮਾਵਣ ਲੱਗੀਆਂ, ਮੇਰਾ ਤਨ ਕਲੇਜਾ ਅੜਿਓ ਹੁੰਦੀ ਨਾਲ ਜੋ ਮੇਰੇ ਨਹੀਂ, ਮੇਰਾ ਤਨ ਕਲੇਜਾ ਅੜਿਓ ਹੁੰਦੀ ਨਾਲ ਜੋ ਮੇਰੇ ਨਹੀਂ, ਅੱਗੇ ਮੇਰੇ ਅੱਗ ਦੇ ਲੰਬੂ ਰੌਲਾ ਚਾਰ ਜੋ ਫੇਰੇ ਨਹੀਂ। ਉੱਥੇ ਇੱਕ ਖੈਰਾਂ ਬੈਠੀ ਏ, ਉਹਨੇ ਖੈਰ ਦੀ ਖਬਰ ਕੋਈ ਨਹੀਂ ਸੁਣਾਉਣੀ, ਉਹ ਕਹਿੰਦੀ ਏ ਮੈਂ ਸੁਣਿਆ ਨਹੀਂ ਚੋਰੀ ਹੋ ਗਿਆ ਜ਼ੇਵਰ ਕੁਝ ਸਰਦਾਰਾਂ ਦਾ, ਅਤੇ ਪਿਛਲੀ ਰਾਤੀ ਖੋਲ੍ਹ ਕੇ ਲੈ ਗਿਆ ਖੋਤਾ ਕੋਈ ਕਮਿਆਰਾਂ ਦਾ, ਗੱਲ ਨਾ ਕਰੀਓ ਕਿਧਰੇ ਅੜੀਓ, ਸੈਨਾ ਮੈਨੂੰ ਕਹਿ ਗਈ ਏ, ਅਤੇ ਖਸਮੇ ਦੇ ਨਾ ਲੜ ਕੇ ਜੀਰੋ ਵੱਧ ਨੀਤੀ ਦੇ ਰੁੜ ਪੁੜ ਜਾਣੇ ਵੇਚ ਸੜੇ ਨੇ ਸਾਰੇ ਪੂੜ ਮਸੀਤੀ ਦੇ। ਇੱਕ ਜਨਾਨੀ ਉਹਦਾ ਨਾਂ ਕਰੀਮਾ ਹੈ, ਤੇ ਨਾਲ ਇੱਕ ਹੋਰ ਜਨਾਨੀ ਬੀਬੀ ਉਹਨੂੰ ਕਹਿੰਦੀ ਏ, ਤੂੰ ਹੀ ਬੋਲ ਨੀ ਮੂੰਹੋਂ ਬੀਬੀ, ਕਰੀਮਾ ਕਹਿੰਦੀ ਏ ਤੂੰ ਹੀ ਬੋਲ ਨੀ ਮੂੰਹੋਂ ਬੀਬੀ, ਜੀਭ ਤੂੰ ਕਾਹਨੂੰ ਸੀਤੀ ਏ, ਸੁਣਿਆ ਹੀ ਤੇਰੇ ਸੁਰਜਣ ਟਿੱਕੇ ਨਵੀਂ ਕਮਾਈ, ਸਾਰੀ ਖਬਰਾਂ ਰੱਖਦੀਆਂ ਬੀਬੀਆਂ, ਤੇਰੇ ਪੀਰਾਂ ਦਿੱਤੇ ਬੀਬ ਦਾ ਬਸਤਾ ਖੋਇਆ ਏ, ਅੜੀਏ ਤੇਰਾ ਲਾਡੋ ਰਾਣਾ ਪੁੱਜ ਕੇ ਪੈੜਾ ਹੋਇਆ, ਰਾਜਾਂ ਦੇ ਨੂਠੀ ਕਰ ਕਰਦਾ ਮੰਦੇ ਬੋਲ ਸੁਣਾਉਂਦਾ ਏ, ਟੁੱਟੇ ਹੋਏ ਛਿੱਤਰ ਵਾਂਗੂ ਬਹੁਤਾ ਹੀ ਵੱਧਦਾ ਜਾਂਦਾ ਏ। ਉਹਦੀ ਮਾਂ ਵੀ ਉਹਦੇ ਕੋਲ ਤੰਗ ਏ, ਉਹ ਆਉਂਦੀ ਏ ਬੀਬੀ ਕਹਿੰਦੀ ਏ ਇਹਦੀਆਂ ਭੈੜੀਆਂ ਵਸਬਾਂ ਹੋਰੇ ਕੀ ਰੰਗ ਵਖਾਣੇ ਨੇ, ਕੱਖੋਂ ਹੌਲਾ ਕਰ ਛੜਿਆ ਏ ਸਾਨੂੰ ਇਸ ਨੁਮਾਣੇ ਨੇ, ਤੂੰ ਦਿੱਤਾ ਏ ਨਾਸੀ ਇਹਨੇ ਵੱਧ ਕੇ ਜਿੰਨਾ ਭੂਤਾਂ ਤੋਂ, ਮੈਂ ਵੀ ਡਾਢੀ ਸਤੀਆਂ ਪੈਣਾ ਇਸ ਦੀਆਂ
ਕਰ ਤੂੰ ਤਾਂ ਤੋਤੇ ਕੋ ਤਕਲ ਬਾਜੋ ਰਹਿ ਨਹੀਂ ਸਕਦਾ ਜਣੇ ਜਣੇ ਨਾਲ ਖੈਂਦਾ ਉੱਡ ਪੁੱਡ ਜਾਣਾ ਫਟਕੀ ਜੋਗਾ ਕਦੋਂ ਨਾ ਚੱਲਾ ਪੈਂਦਾ ਏ ਰੋਜ਼ ਸ਼ਿਕਾਇਤਾਂ ਰੋਜ਼ ਉਲਾਮੇ ਸ਼ਰਮ ਨਾ ਇਹਨੂੰ ਆਉਂਦੀ ਏ ਇਸ ਕੁਪਤ ਤੇ ਦਿੱਤੇ ਦੀ ਕੋਈ ਅੱਡੀ ਪਸਲੀ ਲਾਉਂਦੀ ਏ ਇਸੇ ਫਿਰ ਖੈਰਾਂ ਬੋਲਦੀ ਏ ਕਹਿੰਦੀ ਏ ਛੱਡੋ ਨਹੀਂ ਗੱਲ ਮੁੰਡਿਆਂ ਵਾਲੀ ਮੁੰਡਿਆਂ ਲੜਦਿਆਂ ਰਹਿਣਾ ਏ ਤੁਸੀਂ ਨਾ ਇੱਥੇ ਕਰੋ ਲੜਾਈ ਦੋ ਘੜੀਆਂ ਦਾ ਰਹਿਣਾ ਏ ਤੇ ਮੈਂ ਸੁਣਿਆ ਏ ਚੰਨ ਦੇ ਉੱਤੇ ਰੂਸ ਦੇ ਰਾਕਟ ਜਾਣਾ ਤੇ ਬੰਦੇ ਨਾਲੋਂ ਪਹਿਲਾਂ ਉੱਥੇ ਕੁੱਤਾ ਉਸ ਕੁਚਾਣਾ ਇੰਜੇ ਲੱਗਦਾ ਦੁਨੀਆਂ ਦੇ ਦਿਨ ਹੋ ਗਏ ਜੇ ਹੁਣ ਪੂਰੇ ਨਹੀਂ ਬੰਦੇ ਰਹਿਣ ਜ਼ਮੀਨ ਦੇ ਉੱਤੇ ਚੰਨ ਤੇ ਜਾਣ ਪੂਰੇ ਨਹੀਂ ਤੇ ਗੱਲ ਨਾ ਕਰੀਓ ਕਿਧਰੇ ਅੜੀਓ ਗੱਲ ਵੀ ਇਹ ਸਰਕਾਰੀ ਏ ਲੈ ਨੀ ਮਾਸੀ ਜੀ ਮਾਂ ਪੇੜਾ ਹੁਣ ਤੇ ਮੇਰੀ ਕੀ ਬਾਤ ਅਨਵਰ ਮਸੂਦ ਜੀ ਦੀ ਜਿੰਨੀ ਤਾਰੀਫ ਕੀਤੀ ਜਾਏ ਓਨੀ ਘੱਟ ਹੈ ਇੰਨੀਆਂ ਪਿਆਰੀਆਂ ਪਿਆਰੀਆਂ ਕਵਿਤਾ ਕਿੱਥੋਂ ਕਿੱਥੋਂ ਢੂੰਡ ਕੇ ਲੈ ਆਉਂਦੇ ਆਪ ਲਿਖਦੇ ਨੇ ਉਹਨਾਂ ਦੀ ਉਹ ਮੰਮਾ ਜੋ ਵਰਡਸ ਉਹ ਯੂਜ਼ ਕਰਦੇ ਨੇ ਨਾ ਉਹ ਤੇ ਉਹਨੂੰ ਪੁਰਾਣਾ ਟਾਈਮ ਯਾਦ ਆ ਜਾਂਦਾ ਵਾਕਈ ਹੀ ਜਨਾਨੀਆਂ ਐਵੇਂ ਗੱਲਾਂ ਕਰਦੀਆਂ ਨੇ ਬੈਠ ਕੇ ਤੰਦੂਰ ਤੇ ਅੱਜ ਸਮਾਂ ਖੋ ਗਿਆ ਅੱਜ ਮੈਂ ਕਹਿੰਦੇ ਹਾਂ ਸਾਡੇ ਟਾਈਮ ਤੇ ਅਸੀਂ ਅਸਰ ਨਹੀਂ ਦੇਖ ਸਕਦੇ ਨਾ ਕਾਮਨ ਨਹੀਂ ਹੈ ਤੁਹਾਨੂੰ ਹੋਟਲ ਵਿੱਚ ਰੈਸਟੋਰੈਂਟ ਵਿੱਚ ਜਾਣਾ ਪੈਂਦਾ ਉੱਥੇ ਤੁਸੀਂ ਤੰਦੂਰ ਦੇ ਫੁਲਕੇ ਖਾ ਸਕਦੇ ਹੋ ਉਹਨਾਂ ਤੰਦੂਰ ਹੀ ਨਹੀਂ ਰਹੇ ਕਿ ਜਿੱਥੇ ਜਾ ਕੇ ਸਾਡੇ ਅਸੀਂ ਛੋਟੇ ਸੀ ਅਸੀਂ ਜਾਂਦੇ ਸੀ ਸਾਡੇ ਵੀ ਬਹੁਤ ਜ਼ਿਆਦਾ ਬਿਲਕੁਲ ਅਸੀਂ ਨਿਆਣੇ ਸੀ ਤਾਂ ਲੇਕਿਨ ਹੁਣ ਤੇ ਅੱਜ ਕੱਲ੍ਹ ਤੇ ਕਿਧਰੇ ਕੁਛ ਅਸਰ ਦੇਖਦਾ ਨਹੀਂ ਕਵਿਤਾ ਵਿੱਚ ਹੀ ਸਾਰਾ ਸਮਝ ਆ ਗਿਆ ਕਿ ਹਾਂ ਇਹ ਪੂਰਾ ਸੀਨ ਅੱਗੇ ਘੁੰਮ ਰਿਹਾ ਸੀ ਕਿ ਐਵੇਂ ਜਾਂਦੇ ਸੀ ਅਸੀਂ ਵੀ ਉੱਥੇ ਬੈਠੇ ਰਹਿੰਦੀਆਂ ਸੀ ਵਾਰੀ ਵੀ ਆਈ ਸਾਈਡ ਵਾਰੀ ਕਿਵੇਂ ਬੀਬੀਆਂ ਕਲਪਦੀਆਂ ਨੇ ਆਪਣੇ ਘਰੋਂ ਕਰੀ ਬਈ ਆ ਕਿਸੇ ਦੇ ਘਰ ਕੁਝ ਹੋ ਗਿਆ ਕਿਸੇ ਦੇ ਘਰ ਕੁਝ ਹੋ ਗਿਆ ਕੋਈ ਚੰਦ ਤੇ ਪਹੁੰਚ ਗਿਆ ਪੂਰੇ ਪਹਿਲੇ ਪਹੁੰਚ ਗਏ ਤੇ ਬੰਦੇ ਪਹੁੰਚੇ ਕੋਈ ਬਹੁਤ ਹੀ ਅੱਛਾ ਹੈ ਟਾਈਮ ਜੋ ਉਹਨਾਂ ਨੇ ਰੀਕ੍ਰੀਏਟ ਕਰ ਦਿੱਤਾ ਨਾ ਸਾਡੇ ਮਾਈਂਡ ਵਿੱਚ ਸਾਨੂੰ ਬਹੁਤ ਅੱਛਾ ਲੱਗਿਆ ਸੁਣ ਕੇ ਤੇ ਇਹਨਾਂ ਦੀ ਜਿੰਨੀ ਪੋਇਟਰੀ ਤੁਸੀਂ ਸੁਣ ਲਓ ਬਹੁਤ ਹੀ ਮਜ਼ੇਦਾਰ ਪੋਇਟਰੀਜ਼ ਹੁੰਦੀਆਂ ਨੇ ਤੁਹਾਨੂੰ ਕਿਵੇਂ ਜੇ ਲੱਗੀ ਹੈ ਪੋਇਟਰੀ ਸਾਡਾ ਰਿਐਕਸ਼ਨ ਕਿਵੇਂ ਜੇ ਲੱਗਿਆ ਸਾਨੂੰ ਨੀਚੇ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ ਜੀ ਸਾਡੀ ਵੀਡੀਓ ਨੂੰ ਲਾਈਕ ਕਰੋ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਜੀ